ਮੌਕਾ ਦਿੰਦਾ ਹੈ। ਇਹਨਾਂ ਲੁਟੇਰਿਆਂ ਨੂੰ ਕੱਢ ਕੇ ਪੰਜਾਬ ਚੋਂ ਬਾਹਰ ਕਰ ਦਿਓ, ਤੁਸੀਂ ਕੁਛ ਨਹੀਂ ਕਰਨਾ, ਤੁਸੀਂ ਸਿਰਫ ਝਾੜੂ ਦੇ ਬਟਨ ਨੂੰ ਦਬਾਉਣਾ ਇੱਕ ਵਾਰੀ ਸਿਰਫ। ਇਹਨਾਂ ਨੂੰ ਵੀਜ਼ੇ ਨਹੀਂ ਲੱਭਣੇ ਕਿਹੜੇ ਮੁਲਕ ਦੇ ਲਈ, ਇਹਨਾਂ ਭੱਜੇ ਫਿਰਨਾ, ਜੇ ਵੀਜ਼ਾ ਨਾ ਨਿਕਲਿਆ ਨੇਪਾਲ ਆਪ ਨਿਕਲ ਜਾਣਾ। ਇਹਨਾਂ ਨੂੰ ਚਾਚਿਆਂ ਤਾਇਆਂ ਨੇ ਸਲਾਹਾਂ ਦੇਣੀਆਂ, ਉਹ ਅੰਦਰ ਹੋਣ ਨਾਲ ਬਾਹਰ ਚਲੇ ਜਾਓ। ਇਹਨਾਂ ਨੇ ਜਿਹੜੀਆਂ ਜੇਲ੍ਹਾਂ ਜਿੱਥੇ ਆਪ ਬਣਵਾਈਆਂ ਨਾ, ਉੱਥੇ ਕਮਰੇ ਵੀ ਵਧੀਆ ਬਣਵਾਏ ਨੇ। ਕਹਿੰਦੇ ਨਾ ਜੇਲ੍ਹਾਂ ਨਵੀਆਂ ਬਣ ਗਈਆਂ, ਉਹਦਾ ਵੀ ਕਾਰਨ ਹੈ, ਕਿਉਂਕਿ 4 ਸਾਲ ਪਹਿਲਾਂ ਝਾੜੂ ਖੜਾ ਹੋ ਗਿਆ ਸੀ ਹਿੰਦੁਸਤਾਨ ਦੇ ਵਿੱਚ। ਜੇਲ੍ਹਾਂ 'ਚ ਕਮਰੇ ਵੀ ਤਾਂ ਹੀ ਨਵੀਨੀਕਰਨ ਕਰਾਤਾ ਅੰਦਰ, ਕਿ ਪਤਾ ਕੱਲ੍ਹ ਨੂੰ ਆਪ ਵੀ ਇੱਥੇ ਆਉਣਾ ਪੈਣਾ। ਇਸ ਕਰਕੇ ਸੁਧਾਰ ਘਰ ਸੁਧਾਰ ਲਏ ਇਹਨਾਂ ਨੇ, ਨਵੀਆਂ ਬਣਵਾ ਤੀ। ਸੋ ਕਹਿਣ ਦਾ ਮਤਲਬ ਹੈ ਕਿ ਇਹਨਾਂ ਲੁਟੇਰਿਆਂ ਨੇ, ਇਹਨਾਂ ਡਾਕੂਆਂ ਚੋਰਾਂ ਨੇ ਤੁਹਾਡੀਆਂ ਵੋਟਾਂ ਦੇ, ਤੁਹਾਡੇ ਸਮਰਥਨ ਦੇ ਅਸੈਂਬਲੀਆਂ 'ਚ ਬਹਿ ਕੇ ਤੁਹਾਨੂੰ ਹੀ ਲੁੱਟਿਆ। ਇਹ ਪਹਿਲਾਂ ਜਦੋਂ ਮਿੱਠੇ ਭਾਣੇ ਬਣ ਕੇ ਤੁਹਾਡੇ ਘਰਾਂ 'ਚ ਆਉਂਦੇ ਹਨ, ਉਦੋਂ ਹੱਥ ਜੋੜ ਜੋੜ ਕੇ ਇੰਨਾ ਗੱਲ ਕਰਦੇ ਨੇ ਜਿੱਦਾਂ ਮਾਮੇ ਦਾ ਪੁੱਤਰ ਆਇਆ। ਉਦੋਂ ਤੁਹਾਨੂੰ ਲੱਗਦਾ ਕਿ ਜਿੱਦਾਂ ਰਿਸ਼ਤਾ ਲੈ ਕੇ ਆਏ ਨੇ ਆਪਣੇ ਕਿਸੇ ਧੀ ਭੈਣ ਦਾ, ਸਾਡੇ ਇਸ ਤਰ੍ਹਾਂ ਸਤਿਕਾਰ ਨਾਲ ਕਰਦਾ। ਇੰਨਾ ਆਦਰ ਮਾਣ ਦਿੰਦੇ ਨੇ ਕਿ ਜਿੱਦਾਂ 2 ਸਾਕ ਜੁੜਨ ਲੱਗੇ ਨੇ, ਕੁੜਮਾ ਜਾਰੀ ਹੁੰਦੀ ਹੈ। ਉਸ ਤੋਂ ਬਾਅਦ ਅਗਲੇ 5 ਸਾਲ ਇਹਨਾਂ ਦੇ ਦਰਵਾਜ਼ੇ ਦੀ ਬੈਲ ਮਾਰ ਮਾਰ ਕੇ ਸਾੜ ਦਿਓ, ਇਹ ਨਹੀਂ ਅੰਦਰ ਨਿਕਲਦੇ। ਪਹਿਲਾਂ ਤਾਂ ਬਾਹਰ ਸਿਕਿਉਰਿਟੀ ਖੜੀ ਹੁੰਦੀ ਹੈ, ਜੇ ਸਿਕਿਉਰਿਟੀ ਦੇ ਕੋਟੇ ਫੜ ਕੇ ਅੰਦਰ ਨਿਕਲ ਜਾਓ, ਪੈਰ ਪੁਰ ਫੜ ਕੇ ਅੰਦਰ ਚਲੇ ਜਾਓ, ਅੰਦਰ ਘੋੜੇ ਜਿੰਨੇ ਕੁੱਤੇ ਰੱਖੇ ਹੁੰਦੇ ਨੇ, ਉਹ ਆ ਕੇ ਤੁਹਾਡੇ ਮੋਢਿਆਂ ਦੇ ਬੱਚੇ ਰੱਖ ਲੈਂਦੇ, 1.5 ਫੁੱਟ ਦੀ ਜੀਭ ਕੱਢ ਕੇ ਇੱਕੋ ਤੁਹਾਨੂੰ ਦੇਖਣਾ ਪੈਂਦਾ ਕੁੱਤੇ ਆ। ਕੁੱਤਾ ਵੀ ਏਡਾ ਉੱਚਾ ਹੁੰਦਾ, ਉੱਤੇ ਵੇਖਣਾ ਪੈਂਦਾ, ਕੁੱਤੇ ਨੂੰ ਕਹਿਣਾ ਪੈਂਦਾ MLA ਸਾਹਿਬ। ਉਹ ਕੁੱਤਾ 2-3 ਮੁੰਦਰਾਂ ਮਾਰਦਾ, ਤੁਹਾਡੀ ਉੱਥੇ ਅਰਜੀ ਪਾਟ ਜਾਂਦੀ, ਤੁਹਾਨੂੰ ਪਤਾ ਲੱਗਦਾ MLA ਨੂੰ ਕੀ ਮਿਲਣਾ, ਕੰਮ ਤੇ ਇੱਥੇ ਹੋ ਗਿਆ। ਹਾਦੀ ਹੋ ਗਈ ਯਾਰ, ਇਹਨਾਂ ਦੀਆਂ ਤਰੱਕੀਆਂ ਵੇਖੀਆਂ, ਪੰਜਾਬ ਗਰਕਦਾ ਵੇਖਿਆ, ਪੰਜਾਬ ਦਾ ਪਾਣੀ ਤੇ ਪੰਜਾਬੀ ਮੈਂ ਐ ਜਾਂਦੇ ਵੇਖੇ ਨੇ, ਇਹ 2-2 ਪੈਸੇ ਦੇ ਬੰਦੇ ਮੈਂ ਐ ਜਾਂਦੇ ਵੇਖੇ। ਕੋਈ ਕਾਰੋਬਾਰ ਨਹੀਂ ਸੀ ਹੁੰਦਾ, ਰਸਤੇ 'ਚ ਹੋਟਲ ਖੁੱਲ ਗਏ, ਗਿਆ ਵੀ ਲੱਗਦਾ ਕੋਈ 2 ਤਾਲੀਆਂ ਵੱਜੀਆਂ ਦੇਖਿਆ ਕਿਸੇ। ਅੱਛਾ, 4-4 ਬੱਸਾਂ ਵਾਲਿਆਂ ਦੀਆਂ 40 ਬੱਸਾਂ, 40 ਵਾਲਿਆਂ ਦੀਆਂ 400। ਬੰਦਾ ਪੁੱਛੇ ਮੱਝਾਂ ਤੇ ਸੁਣਦੀਆਂ ਸੀ, ਕਿਹੜੀ ਬੱਸਾਂ ਵੀ ਸੁਣਦੀਆਂ ਨੇ, ਇਹ 4-40 ਕਿੰਨੇ ਹੋ ਗਏ, ਮੈਨੂੰ ਕਿਹਦੀ ਕਿਸੇ ਨੇ ਬੱਸ ਦੀ ਬੌਲੀ ਖਾਧੀ ਹੋਵੇ ਤਾਂ ਦੱਸੋ। ਹਾਂਜੀ, ਕਿਹੜੇ ਕਿਹੜੇ ਕੰਮ ਦੀ ਗੱਲ ਕਰਾਂਗੇ ਭਰਾ, ਇਹਦਾ ਰੇਤਾ ਕੁੜੀਆਂ 'ਚ ਵੇਖ ਪਈ ਇੱਥੇ ਤੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜੇ ਪੰਜਾਬ ਨੂੰ ਇੱਕ ਚੰਗਾ ਨਿਜ਼ਾਮ ਦੇਣਾ ਚਾਹੁੰਦੇ ਹੋ, ਪੰਜਾਬ ਨੂੰ ਇੱਕ ਐਸੀ ਸਰਪ੍ਰਸਤੀ ਦੇਣਾ ਚਾਹੁੰਦੇ ਹੋ ਕਿ ਜਿਹਦੇ ਵਿੱਚ ਤੁਹਾਡੇ ਬੱਚਿਆਂ ਨੂੰ, ਤੁਹਾਡੇ ਬੱਚਿਆਂ ਦੇ ਮੁਸਤਕਬਲ ਨੂੰ, ਆਪਣੇ ਬੱਚਿਆਂ ਨੂੰ ਵੇਖਿਆ ਜਾਵੇ ਜਿੱਦਾਂ ਮੇਰੇ ਆਪਣੇ ਘਰ ਦੇ ਬੱਚੇ ਨੇ, ਧੀਆਂ ਭੈਣਾਂ ਨੂੰ ਇੰਨੀ ਆਜ਼ਾਦੀ ਹੋਵੇ ਕਿ ਉਹ ਬੇਬਾਕ ਹੋ ਕੇ, ਨਿਸ਼ਚਿੰਤ ਹੋ ਕੇ ਰਾਤ ਨੂੰ ਸ਼ਾਮ ਨੂੰ ਗਲੀਆਂ ਦੇ ਵਿੱਚ ਜਾ ਸਕਣ। ਜੇ ਤੁਹਾਨੂੰ ਆਪਣੇ ਬੇਰੁਜ਼ਗਾਰ ਨੌਜਵਾਨ ਨਸ਼ਿਆਂ ਵੱਲ ਜਾਂਦੇ ਵੇਖ ਕੇ ਅੰਦਰ ਭਾਂਬੜ ਪਲਦੇ ਨੇ, ਤੇ ਇਹਨਾਂ ਨੌਜਵਾਨਾਂ ਨੂੰ ਜੇ ਰੁਜ਼ਗਾਰ ਤੇ ਲਾਉਣਾ, ਇਹਨਾਂ ਬੱਚਿਆਂ ਨੂੰ ਨਸ਼ਿਆਂ ਤੋਂ ਛੁਡਾ ਕੇ ਮੇਨ ਸਟ੍ਰੀਮ ਦੇ ਵਿੱਚ ਲੈ ਕੇ ਆਉਣਾ, ਜੇ ਪੰਜਾਬ ਨੂੰ ਵਾਪਸ ਬਾਬਾ ਨਾਨਕ ਦਾ ਪੰਜਾਬ ਬਣਾਉਣਾ, ਜੇ 5 ਦਰਿਆਵਾਂ ਦੀ ਧਰਤੀ ਤੋਂ 6 ਨਸ਼ਿਆਂ ਦਾ ਦਰਿਆ ਸੁਕਾਉਣਾ, ਜੇ ਪੰਜਾਬ ਦੇ ਪਾਣੀਆਂ ਨੂੰ, ਪੰਜਾਬ ਦੀਆਂ ਜਵਾਨੀਆਂ ਨੂੰ ਬਚਾਉਣਾ, ਜੇ ਪੰਜਾਬ ਦੀ ਕਿਸਾਨੀ ਨੂੰ ਬਚਾਉਣਾ, ਜੇ ਪੰਜਾਬ ਦੀ ਇੰਡਸਟਰੀ ਨੂੰ ਬਚਾਉਣਾ, ਪੰਜਾਬ ਦੀ ਟ੍ਰੇਡ ਇੰਡਸਟਰੀ ਨੂੰ ਬਚਾਉਣਾ, ਪੰਜਾਬ ਦਾ ਐਜੂਕੇਸ਼ਨ ਦਾ ਲੈਵਲ ਬਚਾਉਣਾ, ਜੇ ਪੰਜਾਬ ਨੂੰ ਇਸ ਦੁਨੀਆ ਦੇ ਨਕਸ਼ੇ ਦੇ ਉੱਤੇ ਵਾਪਸ ਲੈ ਕੇ ਆਉਣਾ, ਵਰਨਾ ਮਟੇਰੀਅਲ ਦੇ ਤੁਲੇ ਹੋਏ ਨੇ, ਤਾਂ ਇੱਕੋ ਇੱਕ ਆਪਸ਼ਨ ਹੈ, ਇੱਕੋ ਇੱਕ ਤੁਹਾਡੇ ਕੋਲ ਮੌਕਾ ਉਸ ਕੁਦਰਤ ਪਰਮਾਤਮਾ ਸੱਚੇ ਪਾਤਸ਼ਾਹ ਦਾ ਦਿੱਤਾ ਹੋਇਆ ਕਿ 2017 ਦਾ ਸੂਰਜ ਚੜ੍ਹਦੇ ਨਾਲ, 2017 ਦਾ ਆਗਾਜ਼ ਹੁੰਦਿਆਂ ਇੱਕ ਇਨਕਲਾਬ ਦਾ ਆਗਾਜ਼ ਕਰ ਦਿਓ, ਪੰਜਾਬ ਦੇ ਵਿੱਚ ਝਾੜੂ ਚਲਾ ਦਿਓ, ਇਹ ਸਾਰਾ ਕੰਮ ਹੂਜ ਕੇ ਪੰਜਾਬ ਚੋਂ ਬਾਹਰ ਕਰ ਦਿਓ, ਔਰ ਅੱਜ ਨਾਰਿਆਂ ਦੇ ਨਾਲ ਨਹੀਂ, ਵੋਟਾਂ
ਪੰਜਾਬ ਜੀ ਜ਼ਿੰਦਾਬਾਦ।